वाहेगुरु जी का खालसा वाहेगुरु जी की फतेह। अनमोल गुरबाणी विचार चैनल विच आप जी का स्वागत है। प्रेम दियां दंदां बहुत महीन अते नाजुक हुंदियां हन। प्यार जे शिखर नूं छू जावे तां बंदगी बन जांदा है। बंदगी अपने शिखर ते होवे तां इह इश्क जां प्रेम विच वट जांदी है। गल की है, प्रेम अते बंदगी एक दूसरे विच इकमिक भावनावां हन। बंदगी का शिखर बाबे फरीद जी की जिंदगी दियां घटनावां विचों आम ही लग पैंदा है। बाबा मरदाना भी अपने लहबर अते राध सेरे गुरु नानक देव जी नाल बंदगी अते प्यार दी भावना नाल घर परिवार अते दुध मुहे बाल सहजादा नूं छड्ड के बिखड़े पेंडियां ते गुरु बाबे दे नाल तुरिया रहा। श्री राम दे प्रति सबरी नाम दी गरीब पिलनी दा बंदगी नवा प्यार किस नूं भुलिया है। उह अपने राम दे आउंदी आस विच कई सालां तों रोजाना राहां ते फुल विछाया करदी सी। पेली दे उमर पर त्यों ते एक अजिहा समा भी आया जद उसकी कीती बंदगी नूं फल मिलिया। पर एह इन्ना आसान काम नहीं सी क्योंकि इस समय तक पहुंचन वास्ते उसने तकड़ी कलना कर ली, कई मुसीबतों का सामना किया, कई जने उसके रस्ते विच रुकावट बने क्योंकि कोई भगत बन जावे संसार उसका जीना औखा कर दिंदा है। संसारियां नाल भगतां दी सुर नहीं मिलदी पर नाम जपन वाले नूं दुनिया का पैन ही आउंदा। ਉਹ ਡਰਦਾ ਨਹੀਂ। ਲੋਕ ਕੁਬਚਲ ਬੋਲ ਕੇ ਰੱਬ ਨਾਲੋਂ ਤੋੜਨ ਦਾ ਯਤਨ ਕਰਦੇ ਹਨ ਪਰ ਭਗਤ ਸਹਾਰ ਲੈਂਦੇ ਹਨ। ਇਸੇ ਤਰ੍ਹਾਂ ਭੀਲੀ ਨੂੰ ਵੀ ਕਈ ਬੋਲ ਕਬੋਲ ਬੋਲੇ ਗਏ, ਨੀਚ ਜਾਤਕ ਦਾ ਕਿਹਾ ਗਿਆ, ਭਗਤੀ ਕਰਨ ਤੋਂ ਰੋਕਿਆ ਗਿਆ, ਪਰ ਉਸਨੇ ਕਿਸੇ ਨਾਲ ਬੋਲ ਕਬੋਲ ਨਹੀਂ ਕੀਤਾ ਅਤੇ ਅੰਦਰੋਂ ਆਪਣੀ ਭਗਤੀ ਨੂੰ ਵੀ ਜਾਰੀ ਰੱਖਿਆ। ਨਿਮਰਤਾ ਨਾਲ ਸਹਿਜਤਾ ਨਾਲ ਹਰ ਸਥਿਤੀ ਦਾ ਮੁਕਾਬਲਾ ਕੀਤਾ ਅਤੇ ਅੰਦਰੋਂ ਭਗਤੀ ਵੀ ਨਹੀਂ ਛੱਡੀ। ਫਿਰ ਇੱਕ ਦਿਨ ਐਸਾ ਹੀ ਹੋਇਆ, ਉਸ ਦੀ ਕੀਤੀ ਭਗਤੀ ਵੀ ਥਾਂ ਪਈ ਅਤੇ ਉਸ ਨੂੰ ਵੀ ਆਪਣੇ ਪਿਆਰੇ ਸ਼੍ਰੀ ਰਾਮ ਜੀ ਦੇ ਦਰਸ਼ਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਅਤੇ ਸੇਵਾ ਕਰਨ ਦਾ ਵੀ। ਮਾਤਾ ਪੀਲਨੀ ਜੀ ਅਤੇ ਸ਼੍ਰੀ ਰਾਮ ਚੰਦਰ ਜੀ ਦੀ ਇੱਕ ਬੜੀ ਹੀ ਪਿਆਰੀ ਸਾਖੀ। ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। अपने विचार कमेंट विच जरूर शेयर करना अते कमेंट विच वाहेगुरु जी जरूर लिखना। वाहेगुरु जी का खालसा वाहेगुरु जी की फतेह। त्रेते युग विच एक मतंग नामे शांत आत्मा देवी गुणा नाल भरपूर महात्मा होए हन जिन्हां दे चंगे सुभाअ अते चंगी करनी नूं देख के बहुत ही साधु आया जाया करदे सन, बल्कि कई साधुआं दीआं टोलियां उन्हां दे पास ही रहा करदीआं सन। लंगर पाणी उह आप ही कीता करदे सन। ਉਹਨਾਂ ਸੰਤਾਂ ਦਾ ਜਦ ਭੀਲੀ ਨੂੰ ਪਤਾ ਲੱਗ ਗਿਆ ਤਾਂ ਇਹ ਸਾਰਾ ਦਿਨ ਲੱਕੜਾਂ ਇਕੱਠੀਆਂ ਕਰਕੇ ਹਨੇਰੇ ਹਨੇਰੇ ਹੀ ਉਹਨਾਂ ਦੇ ਲੰਗਰ ਅਸਥਾਨ ਵਿੱਚ ਰੱਖ ਆਇਆ ਕਰੇ। ਜਦੋਂ ਕੁਝ ਸਮਾਂ ਬੀਤਿਆ ਤਾਂ ਇੱਕ ਦਿਨ ਰਿੱਖੀਆਂ ਦੇ ਮਨ ਵਿੱਚ ਇਹ ਵਿਚਾਰ ਆਈ ਕਿ ਸਾਡੀ ਸੇਵਾ ਕਰਕੇ ਸਾਡੇ ਜਪ ਤਪ ਨੂੰ ਕੌਣ ਚੁਰਾਉਂਦਾ ਹੈ? ਜਿਤਨੀ ਕਮਾਈ ਅਸੀਂ ਕਰਦੇ ਹਾਂ ਉਹ ਤਾਂ ਲੱਕੜਾ ਸੁੱਟਣ ਵਾਲਾ ਹੀ ਲੈ ਜਾਂਦਾ ਹੈ। ਇਹ ਵਿਚਾਰ ਕਰਕੇ ਉਹਨਾਂ ਨੇ ਇਹ ਮਤਾ ਪਾਸ ਕੀਤਾ ਕਿ ਰਾਤ ਨੂੰ ਜਾਗ ਕੇ ਸਾਰੇ ਪਾਸੇ ਪਹਿਰਾ ਦੇ ਕੇ ਉਸ ਚੋਰ ਨੂੰ ਪਕੜਨਾ ਹੈ। ਪਹਿਰਾ ਦੇਣ ਦੇ ਨਾਲ ਉਹ ਨੀਚ ਜਾਤ ਵਾਲੀ ਭੀਲਨੀ ਫੜੀ ਗਈ। ਸੰਤਾਂ ਨੇ ਫੜ ਕੇ ਉਸ ਨੂੰ ਮਤੰਗ ਲਿਖੀ ਜੀ ਦੇ ਸਾਹਮਣੇ ਪੇਸ਼ ਕਰ ਦਿੱਤਾ ਕਿ ਇਹ ਸਾਡਾ ਚੋਰ ਹੈ ਜੋ ਲੱਕੜਾਂ ਸੁੱਟ ਕੇ ਸਾਡੇ ਜਪ ਤਪ ਵਿੱਚ ਘਾਟਾ ਪਾਉਂਦਾ ਹੈ। ਮਤੰਗ ਲਿਖੀ ਜੀ ਨੇ ਭੀਲਨੀ ਨੂੰ ਪੁੱਛਿਆ, ਬੇਟਾ ਤੂੰ ਕਿਸ ਮਨੋਰਥ ਨੂੰ ਲੈ ਕੇ ਸੰਤਾਂ ਦੀ ਸੇਵਾ ਕਰਦੀ ਹੈ? ਭੀਲਨੀ ਜੀ ਨੇ ਕਿਹਾ, ਸੰਤ ਜੀ ਮੇਰੇ ਮਨ ਵਿੱਚ ਕੋਈ ਸੰਕਲਪ ਨਹੀਂ, ਮੈਂ ਨਿਰਚਾਹ ਹੋ ਕੇ ਆਪ ਜੀ ਦੀ ਸੇਵਾ ਕਰਦੀ ਹਾਂ। ਇਹ ਗੱਲ ਸੁਣ ਕੇ ਮਤੰਗ ਰਿਸ਼ੀ ਜੀ ਬੜਾ ਪ੍ਰਸੰਨ ਹੋਏ ਅਤੇ ਆਪਣੇ ਚੇਲਿਆਂ ਨੂੰ ਕਿਹਾ, ਹੇ ਭਾਈ ਦੇਖੋ ਜਾਤੀ ਇਸਦੀ ਕੀ ਹੈ ਅਤੇ ਸੇਵਾ ਕਰਨ ਦੀ ਕਿਤਨੀ ਚਾਹ ਹੈ। ਪੀਲਨੀ ਦੀ ਸੇਵਾ ਤੇ ਪ੍ਰਸੰਨ ਹੋ ਕੇ ਮਤੰਗ ਰਿਸ਼ੀ ਜੀ ਨੇ ਉਸ ਨੂੰ ਰਾਮ ਨਾਮ ਦਾ ਉਪਦੇਸ਼ ਦੇ ਕੇ ਆਖਿਆ, ਹੇ ਪੁੱਤਰੀ ਸੇਵਾ ਦੇ ਨਾਲ ਇਸ ਦਾ ਜਾਪ ਵੀ ਕਰਿਆ ਕਰ। ਇਹ ਉਪਦੇਸ਼ ਵਾਲੀ ਗੱਲ ਸੁਣ ਕੇ ਬਾਕੀ ਸਾਧੂਆਂ ਨੇ ਬੜਾ ਹੀ ਦੁੱਖ ਮਨਾਇਆ ਕਿ ਸਾਡੇ ਗੁਰੂ ਨੇ ਬੜਾ ਮਾੜਾ ਕੰਮ ਕੀਤਾ ਹੈ ਜੋ ਨੀਚ ਜਾਤ ਵਾਲੀ ਪੀਲੀ ਨੂੰ ਉਪਦੇਸ਼ ਦੇ ਦਿੱਤਾ ਹੈ। ਮਤੰਗ ਰਿਸ਼ੀ ਜੀ ਨੇ ਸਾਧੂਆਂ ਦੀ ਗੱਲ ਸੁਣੀ ਅਨਸੁਣੀ ਕਰ ਦਿੱਤੀ ਅਤੇ ਪੀਲੀ ਨੂੰ ਸੇਵਾ ਕਰਨ ਦੀ ਆਗਿਆ ਵੀ ਦਿੱਤੀ। ਜਦ ਰਿਸ਼ੀ ਜੀ ਦਾ ਅੰਤਮ ਸਮਾਂ ਆ ਗਿਆ ਤਾਂ ਪੀਲੀ ਵੀ ਉਪਰਾਮ ਹੋਈ ਅਤੇ ਕਹਿਣ ਲੱਗੀ, ਸਵਾਮੀ ਜੀ ਮੈਨੂੰ ਵੀ ਆਪਣੇ ਨਾਲ ਲੈ ਚਲੋ, ਦੁਨੀਆਂ ਵਿੱਚ ਜਿਉਂ ਕੇ ਮੈਂ ਕੀ ਕਰਨਾ ਹੈ। ਤਾਂ ਰਿਸ਼ੀ ਜੀ ਨੇ ਕਿਹਾ, ਥੋੜੇ ਸਮੇਂ ਤੱਕ ਇੱਥੇ ਸ਼੍ਰੀ ਰਾਮ ਚੰਦਰ ਜੀ ਨੇ ਆਉਣਾ ਹੈ, ਤੂੰ ਉਹਨਾਂ ਦੇ ਦਰਸ਼ਨ ਅਤੇ ਸੇਵਾ ਕਰਕੇ ਲਾਭ ਪ੍ਰਾਪਤ ਕਰੀ। ਇਹ ਗੱਲ ਆ ਕੇ ਮਤੰਗ ਰਿਸ਼ੀ ਜੀ ਨੇ ਆਪਣੇ ਸਰੀਰਕ ਚੋਲੇ ਨੂੰ ਛੱਡ ਦਿੱਤਾ। ਪਿੱਛੋਂ ਸਾਧੂਆਂ ਨੇ ਪੀਲਨੀ ਨੂੰ ਆਪਣੀ ਸੇਵਾ ਤੋਂ ਮਨਾ ਕਰ ਦਿੱਤਾ, ਪਰ ਫਿਰ ਵੀ ਪੀਲਨੀ ਨੇ ਉਹਨਾਂ ਦੀ ਗੱਲ ਦਾ ਮੁਰਾ ਨਹੀਂ ਮਨਾਇਆ ਅਤੇ ਸਾਧੂਆਂ ਦੀ ਸੇਵਾ ਕਰਨ ਦਾ ਕੋਈ ਹੋਰ ਰਸਤਾ ਸੋਚ ਲਿਆ।
अपनी कुटिया तो चल के पंपा सा जाके ओह साधु इशनान करदे सन। इस बिल्ली ने उस राह विच झाड़ू फेरना शुरू कर दिता। साधुआं दे उठन तो पहला ही इसने झाड़ू फेर के विलिया हो जाना। सारे राह की सफाई देके साधु बड़ा हैरान होन कि यह राह विच झाड़ू कौन फेर जांदा है। फिर एक रात जाके इन्होंने पहरा देन दी सोची अते जदों झाड़ू देंदी होई पिलनी फड़ी गई तां चंगी तरह इसनूं मारिया कुटिया अते आख्या कि तू नीचनी है, साढ़े चलन वाले रस्ते नूं झाड़ू फेर के प्रिष्ट कर छड़िया है, तेनों इस तरह की अकल किसने दिती, चली जा इथों, मुड़ के इत्थे झाड़ू ना फेरी। धन पिलनी जी सन जो अगों चुप रहे, सगों हथ जोड़ के माफी मंगी। उसके सबर का साधुआ नूं इह फल मिलिया कि जदों उह पंपा सर इशनान करन गए तां वेख्या उस जल विच कीड़े पए होए हन। उह जल ना पीण दे अते ना ही इशनान करन दे जोग रहा। साधुआ दे चित विखे बड़ा ही दुख होया। बथेरा पानी कढ़िया तां वी उह पानी साफ ना होया। उहनां ने हवन वगैरा भी करवाए तां वी उस सरोवर का जल साफ ना होया। इतने समय नूं श्री रामचंद्र जी बनवासी होके आ गए। यह पता लगन ते सारे साधुआं ने आपो अपनियां कुटियां सवा रखियां। एक आखदा है मेरी कुटिया विच आउणगे, दूजा आखे मेरी कुटिया विच आउणगे, तीसरा आखदा है मेरी कुटिया विच आउणगे, परंतु राम जी किसी संत की कुटिया विच ना गए, प्रेम वस पीलनी दे घर चले गए। श्री रामचंद्र जी दे दर्शन करके पीलनी तृप्त हो गई अते सारा कुछ ही भुल गई, क्योंकि जदों प्याले नूं कोई मिलता है तां उह भुल ही जांदा है। पीलनी ने जंगली बेर इकट्ठे किते होए सन, उसने ओह बेरी राम अते लक्ष्मण दे मूहरे रख दिते, पर जदों बेरा मल वेख्या तां इकदम याद आया कि इह खट्टे भी हो सकदे हन। सोचण लगी कि तां मेरा स्वामी खट्टे बेर ही ना खा लवे। इह सोच के श्री राम नूं बेर चुक के खाण तों रोक दिता, खुद एक बेर चुकिया जरक खादा अते खट्टा कहके पासे रख दिता, दूजा बेर चुकिया उसनों चखिया मिठा सी, सो श्री रामचंद्र जी नूं दे दिता। इह आके कि स्वामी मिठा है खा लवो, प्यार विच भिज्जी होई नूं इह याद ही ना रहा कि बेर जूठा कर दिता। प्रेम दियां नाजुक तंदां विच भिज्जे होए रामचंद्र जी जूठे बेर एक तो बाद एक खांदे रहे। कोल बैठा लक्ष्मण वेखदा रहा राम नूं एक नीच जाति दी औरत ने जूठे बेर खांदे होए। बेर खा के श्री रामचंद्र जी बड़ा ही प्रसन्न होए अते इस तरह प्यार भरे बचन कहन लगे, हे सबरी, जिवें तूं प्रेम नाल सानूं बेर छकाए हन, इंज किसे ने नहीं छकाए, जा तू निहाल हो जा। यह वर ही दे रहे सन कि इतने नूं साधु भी आ पहुंचे। चरणा ते आके उन्होंने नमस्कार कीती अते कहन लगे, असी आप जी वास्ते कुटिया सवा रखियां हन, पर आप जी ने सानूं दर्शन ही नहीं दिते। तां रामचंद्र जी ने कहा, आओ किस तरह आए हो। साधुआं ने श्री रामचंद्र जी नूं बेनती कीती कि पंपा सर दे जल विखे कीड़े पै गए हन, उसका जल साफ करने वास्ते आप जी बाज अर्ज करन आए हां, आप जी कृपा करो। श्री रामचंद्र जी ने कहा, तुसी वड्डे वड्डे महातपस्वी लोग हो, तुसी अपने चरण धो के ओह जल पाओ, शायद साफ हो जावे। रिखियां ने उसे तरह किया पर जल साफ ना होया। फिर रामचंद्र जी ने अपने चरणा का जल पाया तां भी पंपा सर का जल साफ ना होया। फिर रामचंद्र जी ने कहा, हुण पीलनी दे चरणा नूं धो के ओह जल पाओ, शायद पंपा सर का जल साफ हो जावे। रिखी जल तो बिना बड़े औखे सन। रामचंद्र जी का वचन मन के पीलनी दे पैर धोण लई तैयार हो गए, पर देखो किते ओह समा सी जो पीलनी नूं सारे साधुआं ने मारिया कुट्टिया सी, अते हुण इह वक्त भी आ गया कि उहनां ही साधुआं नूं पीलनी दे पैर धोणे पै गए। जद पानी दा गड़वा लै के पीलनी दे पैर धोण लगे तां पीलनी ने बेनती कीती, प्रभु जी, इन्हां साधुआं पासों मैं नीचनी दे पैर धोवा के मेरे सिर ते पार ना चढ़ाओ, आप जी दा हुक्म होवे तां मैं आप ही धो के पा दिंदी हां। श्री रामचंद्र जी ने कहा, चंगा, तूं आप ही पैर धो के जल विच पा दे। जिस वेले पीलनी ने अपने पैर धो के जल पाया तां पंपा सर दा सारा जल उसे वेले साफ हो गया। यही बंदगी दी सिकर है, जिथे भगवान भी अपने भक्तां दे प्रेम मुरे बेवस हो जांदा है, खुद पहुंच जांदा है अपने प्यारे भक्तां दीआं कुलियां विच। इहो जिहा प्यार करन वाले दीआं बेनतियां प्रवान करनियां तां इस पासे, उन्हां नूं बगैर मंगे ही दाता भी बख्श दिंदा है, उन्हां दे कारज भी आप सवारदा है। अचिंत काम करे प्रभ तिनके, जिन हर का नाम प्यारा, गुरप्रसाद सदा मन वसिया, सब काज सवारन हारा। इस साखी तो यही सेध है, वाहिगुरु शब्द मूल मंत्र ओही है, जप के कई परमेश्वर की प्राप्ति कर लेंदे हन अते कईआं नूं कई कई साल हो जांदे हन, गल ठिकाने नहीं पैंदी। जेकर रसना नाल वाहिगुरु वाहिगुरु जपिए अते प्रेम दा धागा भी नाल परोंदे जाइए
ਤਾਂ ਹੀ ਸਾਡੇ ਵੀ ਪਾਪ ਬਖਸ਼ੇ ਜਾਣਗੇ, ਦੁੱਖ ਕੱਟੇ ਜਾਣਗੇ, ਝੋਲੀਆਂ ਭਰ ਜਾਣਗੀਆਂ। ਜਦੋਂ ਪ੍ਰੇਮ ਵਾਲੀ ਲਾਈਨ ਵਿੱਚ ਆ ਜਾਵਾਂਗੇ ਫਿਰ ਹੀ ਅਰਦਾਸ ਰੱਬ ਤੱਕ ਪਹੁੰਚਦੀ ਹੈ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਬਾਣੀ ਵਿੱਚ ਫੈਸਲਾ ਦਿੱਤਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਅਮੀਰ ਵੀ ਗਰੀਬ ਵੀ ਔਰਤ ਵੀ ਜਾਂ ਮਰਦ ਵੀ ਨੀਵੇਂ ਵੀ ਉੱਚੇ ਵੀ ਸਾਰੇ ਹੀ ਸੁਣ ਲਵੋ, ਭਾਈ ਜਿਸ ਨੇ ਉਸ ਨੂੰ ਪ੍ਰੇਮ ਕੀਤਾ ਹੈ ਉਸੇ ਨੇ ਹੀ ਉਸ ਪਰਮੇਸ਼ਵਰ ਨੂੰ ਪਾਇਆ ਹੈ। ਸੱਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।